ਹਲਕਾ ਬਠਿੰਡਾ ਪੰਜਾਬ ਦੇ ਸਭ ਤੋਂ ਹੌਟ ਹਲਕਿਆਂ ਚ ਸ਼ੁਮਾਰ ਹੈ ਅਤੇ ਅਕਾਲੀ ਦਲ ਦੇ ਗੜ ਮੰਨੇ ਜਾਂਦੇ ਇਸ ਹਲਕੇ ਵਿਚ ਇਸ ਵਾਰ ਮੁਕਾਬਲਾ ਚੌਤਰਫਾ ਬਣਿਆ ਹੋਇਆ। ਸਾਲ 1991 ਤੋਂ ਬਾਅਦ ਇਹ ਹਲਕਾ ਕਾਂਗਰਸ ਦੇ ਹੱਥੋਂ ਅਜਿਹਾ ਖਿਸ ਗਿਆ ਕਿ ਮੁੜ ਇਸ ਹਲਕੇ ਵਿਚ ਕਾਂਗਰਸ ਦੇ ਪੈਰ ਨਹੀਂ ਲੱਗੇ। ਹਾਲਾਂਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਦਾ ਪਾੜਾ ਮਹਿਜ 20,000 ਤੋਂ ਵੀ ਘੱਟ ਰਹਿ ਗਿਆ ਸੀ, ਪਰ ਅਕਾਲੀ ਦਲ ਨੇ 2 ਵਾਰੀ ਹਲਕਾ ਫਤਿਹ ਕਰ ਚੁੱਕੇ ਹਰਸਿਮਰਤ ਕੌਰ ਬਾਦਲ ਨੂੰ ਮੁੜ ਮੈਦਾਨ ਵਿਚ ਉਤਾਰਿਆ ਤਾਂ ਕਾਂਗਰਸ ਨੇ ਦਾਗ ਗਿੱਦੜਬਾਹਾ ਤੋਂ ਆਪਣੇ 2 ਵਾਰ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਖੇਡਿਆ, ਜਦਕਿ ਆਮ ਆਦਮੀ ਪਾਰਟੀ ਵੱਲੋਂ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ। ਪੰਜਾਬ ਏਕਤਾ ਪਾਰਟੀ ਮੁਖੀ ਸੁਖਪਾਲ ਖਹਿਰਾ PDA ਗਠਜੋੜ ਵੱਲੋਂ ਹਲਕਾ ਬਠਿੰਡਾ ਤੋਂ ਸਿਆਸੀ ਤਾਲ ਠੋਕ ਰਹੇ ਨੇ। ਇਸ ਹਲਕੇ ਦੇ ਸਿਆਸੀ ਪਿਛੋਕੜ ਤੇ ਨਜ਼ਰ ਮਾਰੀਏ ਤਾਂ 2004 ਦੀਆਂ ਲੋਕ ਸਭਾ ਚੋਣਾਂ ਤੱਕ ਰਾਖਵੇਂ ਰਹੇ ਇਸ ਹਲਕੇ ਤੇ 90 ਦੇ ਦਹਾਕੇ ਤੋਂ ਅਕਾਲੀ ਦਲ ਦੀ ਤੂਤੀ ਬੋਲਦੀ ਰਹੀ ਹੈ। 1999 ਵਿਚ ਹਾਲਾਂਕਿ ਖੱਬੇ ਪੱਖੀ ਆਗੂ ਭਾਨ ਸਿੰਘ ਭੌਰਾ ਨੇ ਇਸ ਹਲਕੇ ਨੂੰ ਰਵਾਇਤੀ ਧਿਰਾਂ ਤੋਂ ਹਥਿਆਰ ਸਭ ਨੂੰ ਹੈਰਾਨ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਇਸ ਹਲਕੇ ਤੇ ਕਾਬਜ਼ ਹੈ। 2009 ਵਿਚ ਰਾਖਵੇਂ ਤੋਂ ਜਰਨਲ ਹਲਕਾ ਬਣੇ ਬਠਿੰਡਾ ਵਿਚ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਇੱਥੋਂ ਆਪਣੇ ਸਿਆਸੀ ਸਫ਼ਰ ਦਾ ਆਗਾਜ਼ ਕੀਤਾ ਤਾਂ ਕਾਂਗਰਸ ਨੇ ਕੈਪਟਨ ਪਰਿਵਾਰ ਦੇ ਫਰਜੰਦ ਯੁਵਰਾਜ ਰਾਣਿੰਦਰ ਨੂੰ ਇੱਥੋਂ ਲਿਆ ਉਤਾਰਿਆ। ਹਰਸਿਮਰਤ ਕੌਰ ਬਾਦਲ ਨੇ ਕਰੀਬ 1.25 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਰਾਣਿੰਦਰ ਸਿੰਘ ਨੂੰ ਹਰਾ ਇਹ ਹਲਕਾ ਅਕਾਲੀ ਦਲ ਲਈ ਸਲਾਮਦ ਰੱਖਿਆ। 2014 ਦੀਆਂ ਲੋਕ ਸਭਾ ਚੋਣਾਂ ਵਿਚ ਇਹ ਹਲਕਾ ਬਾਦਲ ਬਨਾਮ ਬਾਦਲ ਦੀ ਜੰਗ ਦਾ ਗਵਾਹ ਬਣਿਆ, ਜਦੋਂ ਕਾਂਗਰਸ ਦੀ ਹਮਾਇਤ ਨਾਲ ਮਨਪ੍ਰੀਤ ਸਿੰਘ ਬਾਦਲ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਖਿਲਾਫ ਬਠਿੰਡਾ ਦੇ ਦੰਗਲ ਵਿਚ ਆ ਨਿਤਰੇ, ਪਰ ਜਿੱਤ ਦਾ ਪਾੜਾ ਬੇਸ਼ੱਕ ਇਸ ਵਾਰ ਲੱਖ ਤੋਂ ਕੱਟ ਕੇ ਹਜ਼ਾਰਾਂ ਵਿਚ ਰਹਿ ਗਿਆ, ਪਰ ਹਰਸਿਮਰਤ ਕੌਰ ਬਾਦਲ ਨੇ 43% ਵੋਟ ਹਾਸਲ ਕਰਦਿਆਂ ਜੇਤੂ ਮੁਹਿੰਮ ਜਾਰੀ ਰੱਖੀ। 42% ਵੋਟ ਹਾਸਲ ਕਰ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦੀਆਂ ਉਮੀਦਾਂ ਇਸ ਹਲਕੇ ਨੂੰ ਕਦੇ ਨਾ ਕਦੇ ਜਿੱਤਣ ਲਈ ਬਰਕਰਾਰ ਰੱਖੀਆਂ। ਉਹ ਗੱਲ ਵੱਖ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਚੱਲੀ ਹਨੇਰੀ ਦੇ ਬਾਵਜੂਦ ਬਠਿੰਡੇ ਵਾਲਿਆਂ ਨੇ ਆਮ ਆਦਮੀ ਪਾਰਟੀ ਨੂੰ ਹੁੰਗਾਰਾ ਨਹੀਂ ਭਰਿਆ, ਪਰ ਪਾਰਟੀ ਉਮੀਦਵਾਰ ਜਸਰਾਜ ਜੱਸੀ 87,000 ਵੋਟਾਂ ਲੈ ਗਏ, ਜਦਕਿ ਮਨਪ੍ਰੀਤ ਬਾਦਲ ਦੀ ਹਾਰ ਦਾ ਪਾੜਾ ਕਰੀਬ 20,000 ਦਾ ਸੀ। 2014 ਵਿਚ 77.15% ਲੋਕਾਂ ਨੇ ਇੱਥੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਮੁਕਾਬਲਾ ਚਹੁਕੋਣਾ ਨਜ਼ਰ ਆ ਰਿਹਾ। ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਲੰਬੀ ਤੇ ਸਰਦੂਲਗੜ੍ਹ ਤੇ ਅਕਾਲੀ ਦਲ ਕਾਬਜ ਹੈ, ਜਦਕਿ ਬਠਿੰਡਾ ਸ਼ਹਿਰੀ ਤੇ ਪੁੱਚੋ ਮੰਡੀ ਕਾਂਗਰਸ ਕੋਲ ਹੈ। ਹਾਲਾਂਕਿ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦਾ ਹੱਥ ਉੱਪਰ ਹੈ। ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ ਤੇ ਬੁਢਲਾਡਾ 2017 ਵਿਚ ਆਮ ਆਦਮੀ ਪਾਰਟੀ ਨੇ ਜਿੱਤੇ, ਪਰ ਫਿਲਹਾਲ ਮਾਨਸਾ ਹਲਕੇ ਦਾ ਵਿਧਾਇਕ ਕਾਂਗਰਸ ਨਾਲ ਜਾ ਚੁੱਕਾ ਹੈ ਤੇ ਮੌੜ ਵਾਲਾ ਵਿਧਾਇਕ ਨਾਰਾਜ਼ ਹੈ। ਸੋ ਕੁੱਲ ਮਿਲਾ ਕੇ ਹਲਕਾ ਬਠਿੰਡਾ ਦਾ ਸਿਆਸੀ ਇਤਿਹਾਸ ਜੇ ਅਕਾਲੀ ਦਲ ਵੱਲ ਪਲਟਦਾ ਹੈ ਤਾਂ ਪਿਛਲੀ ਵਾਰ ਜਿੱਤ ਦੇ ਛੋਟੇ ਪਾੜੇ ਨੂੰ ਇਸ ਵਾਰ ਭਰ ਲੈਣ ਦੇ ਦਾਅਵੇ ਕਾਂਗਰਸ ਵੀ ਕਰ ਰਹੀ ਹੈ। ਆਮ ਆਦਮੀ ਪਾਰਟੀ 2017 ਵਾਲੇ ਹੁੰਗਾਰੇ ਦੀ ਉਮੀਦ ਲਾਈ ਬੈਠੀ ਹੈ ਤਾਂ ਸੁਖਪਾਲ ਖਹਿਰਾ ਨੂੰ ਪੰਥਕ ਸਭਾ ਵਿਚ ਨਾਰਾਜ਼ਗੀ ਦੇ ਕੈਸ਼ ਹੋਣ ਦਾ ਇੰਤਜ਼ਾਰ ਹੈ। ਨਿਊ ਡੈਸਕ ਰਿਪੋਰਟ, ਜ਼ਿੰਮੜੀ।